ਮਸਾਂ ਹੀ ਬਚਿਆ ਵੀਰ, ਕਦੀ ਵੀ ਲੋਹੇ ਨਾਲ ਚੌੜ ਨਾ ਕਰੋ। ਜਿਸ ਦਿਨ ਲੋਹੇ ਨੇ ਤੁਹਾਡੇ ਨਾਲ ਚੌੜ ਕਰਤੀ ਨਾ, ਤਾਂ ਇੱਥੇ ਦੁਨੀਆ 'ਤੇ ਨਹੀਂ ਰਹਿਣਾ। ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਇਹੋ ਜਿਹਾ ਕੁਛ ਕਰਨ ਤੋਂ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਜ਼ਰੂਰ ਸੋਚ ਲਿਆ ਕਰੋ, ਕਿਉਂਕਿ ਤੁਹਾਡੇ ਨਾਲ ਬਹੁਤ ਜ਼ਿੰਦਗੀਆਂ ਜੁੜੀਆਂ ਹੁੰਦੀਆਂ। ਵਾਹਿਗੁਰੂ ਮਿਹਰ ਕਰਿਆ ਇਹੋ ਜਿਹਿਆਂ 'ਤੇ।